ਸਰਕਾਰ ਦੇ ਸੱਚੇ ਗੁਲਾਮੋ ਜਦੋਂ ਮਾਂ ਜੀਂਦੀ ਹੋਵੇ ਬੈਠੇ ਸੁਭਾਨ ਅੱਲਾਹ ਮੌਲਾ ਦੀ ਕਸਮ ਖਾ ਕੇ ਆਦਾ ਜਦੋਂ ਮਾਂ ਮਰ ਵਈਏ ਯਤੀਮ ਮਾਂ ਦੀ ਕਬਰ ਤੇ ਵੈਂਦਾ ਹੈ ਮਾਂ ਦੀ ਕਬਰ ਉੱਚੋਂ ਤੇ ਸੀਨੇ ਨਾਲ ਲੈਂਦਾ ਵੱਖਰੇ ਰੰਗ ਚੁੰਦਾ ਵਧਾਉਂਦਾ ਬਈਆ ਬੈਠ ਮਾਂ ਦੀ ਕਬਰ ਕਿਵੇਂ ਬੈਠਾ ਚੁੰਦਾ ਹੁੰਦਾ ਜਿਵੇਂ ਮਾਂ ਜੀਂਦੀ ਬੈਠੀ ਕਈ ਕਈ ਯਤੀਮ ਬੱਚਿਆਂ ਦੇ ਮੂੰਹ ਤੋਂ ਮੈਂ ਸੁਣਿਆ ਜਦੋਂ ਅੰਮਾ ਦੀ ਕਬਰ ਤੇ ਵੰਜਬਾਨ ਜਦੋਂ ਮਾਂ ਦੀ ਕਬਰ ਨੂੰ ਚੁੰਮਦਨ ਦੇ ਵੱਲ ਸਜੇ ਨੇ ਅੰਮੀ ਉੱਠਿਆ ਮੈਂ ਤੈਨੂੰ ਮਿਲਣਾ ਉਮਰ ਦੇ ਛੋਟੇ ਨੂੰ ਪਤਾ ਕੋਈ ਨੀ ਕਿ ਮਾਂ ਮਿਲਸੀ ਜਾਂ ਕੋਈ ਨਾ ਰਸਤੇ ਵਿੱਚ ਬਾਬੇ ਦੇ ਨਾਲ ਵੰਜਣ ਜਾਂ ਮਾਸੀ ਦੇ ਨਾਲ ਵੰਜਣ ਜਾਂ ਨਾਨੇ ਦੇ ਨਾਲ ਵੰਜਣ ਆਦੇ ਵੇਂਦੇ ਨੇ ਨਾਨਾ ਮੈਂ ਚੁੰਮਦਾ ਤਾਂ ਪੀਆ ਮੇਰੀ ਮਾਂ ਮੈਨੂੰ ਮਿਲਸੀ ਜਾਂ ਮੇਰੀ ਮਾਂ ਮੈਨੂੰ ਮਿਲਸੀ ਜਾਂ ਕੋਈ ਨਾ ਆਖੋ ਨਾਨਾ ਦੇ ਮਿਲਸੀ ਮਿਲ ਪੋਸੀ ਜਲ ਤੂੰ ਸਦੇ ਤੇਰੀ ਮਾਂ ਤੈਨੂੰ ਕਿਉਂ ਨਾ ਮਿਲਸੀ ਕਈ ਨੀ ਗੁਜ਼ਰਦੇ ਪਰ ਤੂੰ ਨੇ ਨਜ਼ਰੀ ਹੁਣ ਮਿਲ ਪੋਇਆ ਤੁਝ ਅੱਜੂ ਕਬੂਲ ਫਰਮਾਵੇ ਸਰਕਾਰ ਸੱਚੇ ਗੁਲਾਮ ਬੈਠੋ ਅੱਲਾ ਦੇ ਕਾਮਿਲ ਵਲੀ ਮੀਆਂ ਮੁਹੰਮਦ ਅਲੈ ਰਹਿਮਤ ਵੱਖਰੀ ਗੱਲ ਕਰ ਛੋੜੀਏ ਅੱਲਾ ਦਾ ਕਾਮਿਲ ਵਲੀ ਹਫੀਜ਼ ਦੀ ਤੇਰੀ ਬੜੀ ਫਰਮਾਇਸ਼ ਨੂੰ ਨਿਰਾਂਦੀ ਏ ਅੱਲਾ ਦਾ ਕਾਮਿਲ ਵਲੀ ਰੋ ਤੇ ਆਦਾ ਬੈਠੇ ਪਾਪ ਮਰੇ ਸਰ ਨੰਗਾ ਖਾਲੀ ਕੌਣ ਕਰੇ ਰਖਵਾਲੀ ਅੱਲਾ ਦਾ ਕਾਮਿਲ ਵਲੀ ਮਾਂ ਦੀ ਕਬਰ ਸੀਨੇ ਨਾਲ ਲਾ ਕੇ ਜਿਹੜੀ ਅਗਲੀ ਗੱਲ ਕੀਤੀ ਹੈ ਹਫੀਜ਼ ਨਹੀਂ ਮੈਂ ਹਰ ਮਹਿਫਿਲ ਤੇ ਪੜਦਾ ਵੀ ਆ ਤੇ ਰੋਈ ਪੋਣਾ ਮਾਂ ਦੀ ਕਬਰ ਤੇ ਝੋਕਾ ਨਹੀਂ ਬੈਠੇ ਅੱਲਾ ਦਾ ਕਾਮਿਲ ਵਲੀ ਯਾਦ ਬੈਠੇ ਹਾਂ ਹੁਸੈਨ ਕਰਬਲਾ
ਦਾ ਦਈਆ ਦੇ ਜਿਹਨੇ ਮਾਣ ਤੇ ਫੇਰੀ ਖਿਲਾਇਆ, ਜਿਹਨੇ ਮਾਣ ਤੇ ਮਦੀਨੇ ਤੂੰ ਆਇਆ, ਉਹ ਵੀ ਰੁੜ ਲੈ ਗਈ ਹੈ, ਫਿਰਾ ਲੈ ਗਈ ਹੈ, ਮੇਰੇ ਮਾਣ ਮੁੱਕ ਗਏ। ਗੱਲ ਮੀਆਂ ਮੁਹੰਮਦ ਲੈ ਰਹਿਮਤ ਵੱਖਰੀ ਕਰ ਛੋੜੀਏ, ਅੱਲਾ ਦਾ ਕਾਮਿਲ ਵਲੀਆ ਦੇ ਸ਼ਲਮ ਨਵੀਰ ਕਿਸੇ ਦੇ ਉਜੇੜ ਜਦਾਈ ਮੇਲਾ, ਉਜੇੜ ਜਦਾਈ ਮੇਲਾ। ਸੈਯਦ ਮਕਸੂਦ ਅਹਿਮਦ ਬਾਬਾ ਜੀ, ਦੋ ਬਿਰਾ ਹਨ, ਕਿਆ ਵੱਖਰਾ ਬਿਰਾ, ਕਦੇ ਬਿਰਾ ਬਿਸਮਿਲਲਾ ਮੈਂ ਬਲਾ ਪੜਦਾ ਬਾਬਾ ਜੀ, ਪਿਆਰ ਵੱਖਰਾ, ਖਾਣਾ ਖਾਣੇ ਹਨ ਤਾਂ ਇਕੱਠੇ ਖਾਣੇ ਹਨ, ਮੀਆਂ ਮੁਹੰਮਦ ਗੱਲ ਵੱਖਰੀ ਕਰ ਛੋੜੀ ਹੈ, ਮੀਆਂ ਮੁਹੰਮਦ ਲੈ ਰਾਮ ਵੀਰਾ ਸਜਣ ਵੀਰ ਵੀਰਾ, ਵੀਰ ਵੀਰਾ ਸਜਣ ਹੋਦੇ, ਵੀਰ ਵੀਰਾ ਦੀਆਂ ਪਾਵਾਂ ਬਾਪ ਸਿਰਾ ਦੇ ਤਾਜ ਮੁਹੰਮਦ, ਬਾਪ ਸਿਰਾ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ, ਬਾਪ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ, ਜਿਨ੍ਹਾਂ ਦੇ ਵੀ ਮਾਵਾਂ ਟੁਰ ਜਾਣ, ਜਿਨ੍ਹਾਂ ਦੇ ਬਾਪੇ ਟੁਰ ਜਾਣ, ਜਦੋਂ ਜਨਰਲ ਈਦ ਦੀ ਦੀਵਾਰ ਹੋਵੇ, ਪਿਓ ਜੀ ਦਾ ਹੋਵੇ, ਧੀ ਨੂੰ ਪਤਾ ਹੁੰਦੇ ਅੱਜ ਬਾਬੇ ਕੋਲੋਂ ਜੋ ਮੰਗਸਾ ਆਵੇ, ਤੇ ਜਿਨ੍ਹਾਂ ਦੀਆਂ ਦੇ ਈਦ ਦੇ ਦੀ ਪਿਓ ਟੁਰ ਜਾਵੇ, ਤੜਫਾ ਛੋੜਿਆ, ਅੱਲਾ ਦਾ ਕਾਮਿਲ ਵਲੀਆ ਦੇ ਕੇ ਤੁਰ ਗਏ ਯਾਰ ਮੁਹੱਬਤਾਂ ਦਾ, ਤੁਰ ਗਏ ਯਾਰ ਮੁਹੱਬਤਾਂ ਵਾਲੇ, ਤੇ ਲੈ ਗਏ ਨਾਲ ਵਿਹਾਸੇ, ਦਿਲ ਨਹੀਂ ਲੱਗਦਾ ਯਾਰ ਤੇ ਜਾਵੀਏ ਕਿਹੜੇ ਪਾਸੇ, ਦਿਲ ਨਹੀਂ ਲੱਗਦਾ ਯਾਰ ਮੁਹੰਮਦ।
محمد تے جاویے کیڑے پاسے جاویے کیڑے پاسے اٹھی اکبر دو بند عبادت مکمل سلام پڑھ دے آپ سب اجازت میں مسافر سفر کرنا جی بسم اللہ بابا جی کسی کا پتر کوڑا ہوں کاریوں میں بابا پان کریں گے حضور فرمائیں کہ تیرے سینے چ قرآن ہے تو کدی مٹی نہیں کھاندی حضور فرمایا اے مٹی جنے سینے چ قرآن ہوے کدی ہاتھ تا نہ لے سے مٹی بول کے آدھی قبر آدھی سونا اندے سینے چ ہوے قرآن تے میں کون تھی گیا اے قرآن دی بڑی عظمت سج کے جاواں کربلا دی جنگ بابا جی علی اکبر دی اذان تو شروع تھئی حسین دے سجدے تے سبحان اللہ اذان تو شروع تھئیے تے سجدے تے مک گئی حسین دی جنگ تا مک گئی ہے پر جڑی جنگ حسین دی پاک بھیڑ لڑدی رہی بولو تو صحیح یہ جی جنگ کہیں دی تھی نہیں لڑی میرے ون ویکھنا ہے میرا حسین بادشاہ شکل پیغمبر علی اکبر دی لانی لانی تے بوسا دیتا ہے حسین آدے اٹھی اکبر آزان سنا اٹھی اکبر پتر اوہ آزان سنا خاطر آیا سے احسانی عظیم ہے نانے دا احسان دی خاطر آیا سے قرآن دی آگر وارث ہے قرآن دی خاطر آیا سے اٹھی اکبر حقیقت ہے کہ میں آج سیر جڑا ہاں حضور سید مقصود سن سنگ او میں پڑھنا امیر مسلم دے پترے کو جڑی میں تیاری اچھا عید دیوار ایک بن سوال کرو تجازت پیا گننا عید دیوار جناب مسلم دیاں دو دھیاں تر دیاں تر دیاں مامے حسین دے قریب آ بیٹھے مامے دے قدماں تے ہاتھ رکھ کے اج ماما اج عید دی دیوار اے عید دے ویا اللہ دی قسم کھا کے دا جڑی دھی دا پیو ہی ٹر ونجے بابا جی ماما جیندا ہوئے اکھو مامے دے مار تے جیاں وجا ہوجن مامے دے قریب آ کے اج اج ماما عید دیوار عید دے آؤ میرے حسین بادشاہ صندوق چا کھولیا دو یمنی در چا تے ایک ایک دھی دے ہاتھ تے رکھیا پیا بھائی دھی دے ہاتھ تے رکھ کے فرمایا دھیا اج عید دی دیوار ماما عید پیا دیندا ہے یمنی در دے دا میٹھے نے مامے دے قدم تے ہاتھ رکھیا جے ماما علی اکبر ماما آج یمنی دور تک ہی نر نہیں آیا ماما عید پھر بھی پھراوے دے نال ہے ماما عید پھر بھی پھراوے دے نال کرے جا راجن ماما ساری رات میری مائی روتی رہ گئی ہے ماما ساری رات سب امید نہیں آئی اکھ مل دی آئی نے جا سے پھرا سفر کرے دے وندے انہیں ہاتھ جا بسم
ਮਾਮਾ ਫਿਰਾ ਮਿਲਾਇਆ ਜੀ ਅਲਖ ਜਨ ਜੁਗ ਕਬੂਲ ਹੁਸੈਨ ਬਾਦਸ਼ਾਹ ਫਰਮਾਇਆ ਅਜ ਫਿਰਾ ਮਿਲਾਵਤ ਨਹੀਂ ਸਕਦਾ ਪਰ ਮੈਂ ਇਮਾਮਾ ਆਪਣੀ ਇਮਾਮਤ ਦੇ ਜ਼ੋਰ ਤੇ ਮੈਂ ਦਿਖਾ ਸਕਦਾ ਹੁਸੈਨ ਬਾਦਸ਼ਾਹ ਤੂੰ ਹੀ ਅਗਲੀ ਬਣਾਇਆ ਫਰਮਾਇਆ ਥੀਆ ਮੇਰੇ ਨਾਲ ਇਨਾ ਉਂਗਲੀਆਂ ਦੇ ਦਰਮਿਆਨ ਦੇਖੋ ਮੈਂ ਤੁਹਾਨੂੰ ਫਿਰਾ ਦਿਖਾਵਾਂ ਜੀ 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 ਜਿਹਦੀ ਅੱਖ ਚ ਹੰਜ ਪਿਆ ਗਿਆ ਉਹ ਮੇਰੇ ਵੱਲ ਵੇਖੇ ਅੱਖ ਜਦੋਂ ਠੀੜੀ ਦਿੱਤਾ ਹੈ ਠੀੜੀ ਦਿੱਤਾ ਹੈ ਸਮੁੰਦਰ ਕੋਈ ਔਖਾ ਬਣ ਗਿਆ ਬਾਬਾ ਜੀ ਅੱਜ ਦਾ ਦਸਤੂਰੇ ਅੱਖਾਂ ਮੰਜ਼ਰ ਬੜਾ ਅਜੀਬ ਹੈ ਨੌਜਵਾਨ ਤੇਰੇ ਹੰਝੂਆਂ ਦੀ ਕਸਮ ਮੇਰੇ ਵੱਲ ਦੇਖੀ ਕਿਹੜਾ ਮੰਜ਼ਰ ਹੈ ਮੈਂ ਬਿਆਨ ਮੇਰਾ ਦਿਲ ਤੇ ਮੈਂ ਕਰ ਛੜਾ ਸਜਦੇ ਦੇ ਬੂਹੇ ਤੇ ਮੈਂ ਆਖੜਾ ਕਿਹੜਾ ਮੰਜ਼ਰ ਹੈ ਤਮਾਚੇ ਪੇ ਲੱਗਦੇ ਨੇ ਮਾਮੇ ਦੇ ਕਦਮਾਂ ਤੇ ਬਹਿ ਕੇ ਹੱਥ ਜੋੜ ਕੇ ਅੱਜ ਮਾਮਾ ਜਲਦੀ ਫਿਰਾ ਮਿਲੋ ਕਰ ਛੋੜੇ ਅਬ ਜਦੋਂ ਮਾਂ ਹੁਸੈਨ ਦੇ ਖੈਮੇ ਦੇ ਅੰਦਰ ਆਈਏ ਹੁਸੈਨ ਦੇ ਮੂੰਹ ਤੋਂ ਨਿਠਾ ਹੈ ਹੁਸੈਨ ਦੇ ਅੱਖਾਂ ਵਿੱਚ ਹੰਝੂਆਂ ਦੀ ਬਰਸਾਤ ਲੱਗ ਗਈ ਹੈ ਇਹ ਕੌਣ ਹੈ ਜਨਾਬੇ ਅਬਾਸ ਦੀ ਭੈਣ ਹੈ ਜਿਹਦੀ ਝੋਕ ਲਾਹੌਰ ਦੀ ਧਰਤੀ ਤੇ ਲੱਗ ਪਈ ਇਹ ਵਕਤ ਕਦੇ ਮੌਕਾ ਮਿਲਿਆ ਤਾਂ ਮੈਂ ਸੁਣੇ ਸਜ ਲਾਹੌਰ ਆਈ ਕਿਵੇਂ ਹੈ ਤਲਵਾਰ ਨਹੀਂ ਖੜੇ ਛੋਟਾ ਪੇਰੇ ਤੇ ਹੱਥ ਰੱਖ ਕੇ ਆਦਾ ਕਰਿਆ ਜੇ ਚਾਚਾ ਨਾ ਮਾਰ ਵੱਡਾ ਪਿਓ ਦੀ ਜਾਤ ਤੇ ਹੁੰਦਾ ਰਾਵੇ ਚਾਚਾ ਸਬਦੀਨੇ ਤੇ ਸੈਯਦ ਹੈ ਚਾਚਾ ਸਾਡਾ ਬਾਬਾ ਹੀ ਮਾਰਿਆ ਗਈ ਹੈ ਚਾਚਾ ਸਾਡੀ ਤਾਂ ਹੀ ਮਦਦ ਨਹੀਂ ਆਉਂਦੀ ਚਾਚਾ ਮਿੰਨਤ ਲਾ ਸਭ ਛੋੜ ਦੇ ਤਲਵਾਰ ਰੱਖੀਏ ਛੋਟਾ ਪੇਰੇ ਤੇ ਹੱਥ ਰੱਖ ਗਿਆ ਦੇ ਛੋਟਾ ਜ਼ਰੂਰ ਆ ਪਰ ਫਿਰਾ ਦੇ ਅਦਬ ਦਾ ਵਾਕਿਫ ਮੈਂ ਜ਼ਰੂਰ ਆ ਬਾਬੇ ਦੀ ਪੱਤ ਦਾ ਵਾਰਿਸ ਪਹਿਲੇ ਮੈਨੂੰ ਮਾਰ ਮੇਰੇ ਬਾਬੇ ਦੀ ਪੱਗ ਵਾਲੇ ਨੂੰ ਹੱਥ ਨਾ ਲਾਵੀ ਅਖ ਨਬੀ ਦੇ ਸੱਚੇ ਨੌਕਰ ਬੈਠੋ ਜਦਣੀ ਛੋਟੇ ਦੀ ਗੱਲ ਸੁਣੀਏ ਜਨਾਬੇ ਵਾਲਾ ਤਲਵਾਰ ਚਾਹ ਤੇ ਛੋਟੇ ਦੀ ਗਰਦਨ ਤੇ ਰੱਖੀਏ ਵੱਡਾ ਕਦਮੇ ਆ ਠੱਠਾ ਹੱਥ
بیٹھے ہو سبحان اللہ سبحان اللہ ظالما چھوٹا پتر بھی جہاں سے بابا جی میں گڈی سفر کرے نا تے روندا ہی بیٹھا رہے نا بھائی جان تیرے اجوا دی قسم اے خدا دے ظالما چھوٹا پتر بھی جا تے ہو گھر دے کیڑے جملے تے سید مقصود میں روندا رہے نا بتا دے جڑن دے ترن پیا اے میری ماں کھائی میرے ماں فرمایا اے چھوٹے دا خیال رکھی اے میرا نا دیکھے چولا لے حاضری منظور کی گئی ہے اکھا میری حاضری لگ پی ہے سچے جاوا بابا جی بابا جی چھوٹے تلوار رکھے چولا رہا چولا لہا چھوٹا سامنے ہاتھ جوڑتے کیڑی گل کرے دیا دل لہا چولا بولو تو صحیح اللہ رب العزت میری حاضری قبول فرما انجرے دا سلام پڑھنا سب حضرات کھڑے جاؤ مصطفیٰ جانے